ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ PSTET ਦੀ ਪ੍ਰੀਖਿਆ ਦੀ ਤਿਆਰੀ ਤੋਂ ਸੰਬੰਧਿਤ ਗੱਲ ਕਰਨ ਜਾ ਰਹੇ ਹਾਂ। ਕਾਫੀ ਸਾਰੇ ਸਾਥੀਆਂ ਨੂੰ ਕਨਫਿਊਜ਼ਨ ਹੈਗੀ ਹੈ ਕਿ ਅਸੀਂ PSTET ਦੀ ਪ੍ਰੀਖਿਆ ਦੀ ਤਿਆਰੀ ਸਟਾਰਟ ਕਿਹੜੇ ਸਬਜੈਕਟ ਤੋਂ ਕਰੀਏ। ਮੇਜਰ ਸਬਜੈਕਟ ਜਿਹੜੇ ਤੁਹਾਨੂੰ ਵੇਖਣ ਨੂੰ ਮਿਲਦੇ ਹੈ EVS ਮੈਥ, SST ਐਂਡ ਮੈਥ ਸਾਇੰਸ। ਪੰਜਾਬੀ, ਅੰਗਰੇਜ਼ੀ, ਪੈਡਾਗੋਜੀ ਇਹ ਹੁੰਦੇ ਆ ਕੋਮਨ ਸਬਜੈਕਟ ਜਿਹੜੇ ਕਿ ਸਾਰੇ ਹੀ ਸਬਜੈਕਟ ਦੇ ਵਿੱਚ ਪੇਪਰ 1 ਅਤੇ ਪੇਪਰ 2 ਵਿੱਚ ਵੇਖਣ ਨੂੰ ਮਿਲਦੇ ਆ। ਬਟ ਫਿਰ ਵੀ ਕਨਫਿਊਜ਼ਨ ਰਹਿੰਦੀ ਹੈ ਕਿ ਅਸੀਂ 0 ਤਿਆਰੀ ਕੀਤੀ ਹੈ ਅਤੇ ਅਸੀਂ ਸਟਾਰਟ ਕਰਨੀ ਹੈ ਤਿਆਰੀ, ਕਿੱਥੋਂ ਕਰੀਏ। ਸੋ ਸਭ ਤੋਂ ਪਹਿਲਾਂ ਮੈਂ 2-3 ਗੱਲਾਂ ਕਲੀਅਰ ਕਰ ਦਿੰਦਾ ਕਿ ਜਿਹੜੇ ਸਾਥੀ ਇਸ ਵੀਡੀਓ ਨੂੰ ਵੇਖ ਰਹੇ ਆ ਜਾਂ ਤਾਂ ETT ਕਰ ਰਹੇ ਆ, BEd ਕਰ ਰਹੇ ਆ ਜਾਂ ਫਿਰ ਕਰ ਚੁੱਕੇ ਆ, ਅਤੇ ਪੈਡਾਗੋਜੀ ਦੀ ਜਿਹੜੀ ਤੁਹਾਨੂੰ ਨੌਲੇਜ ਹੈਗੀ ਆ ਕੁਝ ਹੱਦ ਤੱਕ ਹੈਗੀ ਆ। ਐਂਡ ਕਾਫੀ ਵਾਰ PSTET ਦੀ ਪ੍ਰੀਖਿਆ ਸਾਡੀ ਜਿਹੜੀ ਕਲੀਅਰ ਹੁੰਦੀ ਹੈ ਉਹ ਕਿਹਦੇ ਕਰਕੇ ਹੁੰਦੀ ਹੈ? ਖੁਦ ਦੇ ਸਬਜੈਕਟ ਕਰਕੇ। ਖੁਦ ਦੇ ਸਬਜੈਕਟ ਦਾ ਭਾਵ ਇਹ ਹੈ ਕਿ ਜਿਹੜਾ ਸਬਜੈਕਟ ਤੁਸੀਂ ਅੱਗੇ ਪੜ੍ਹਾਉਣਾ ਹੈਗਾ ਆ, ਜਿਵੇਂ SST, ਮੈਥ, ਸਾਇੰਸ, EVS ਅਤੇ ਜਿਹੜੇ ਵੀ ਇਹੋ ਜਿਹੇ ਸਬਜੈਕਟ ਹੈਗੇ ਆ, ਤੁਸੀਂ ਇਹ ਆਪਦੇ ਗ੍ਰੈਜੂਏਸ਼ਨ ਦੇ ਪੱਧਰ 'ਤੇ ਵੀ ਪੜ੍ਹੇ ਹੋਏ ਆ, ਗ੍ਰੈਜੂਏਸ਼ਨ ਦੇ ਪੱਧਰ ਦੇ ਨਾਲ ਸਕੂਲ ਲੈਵਲ 'ਤੇ ਵੀ ਪੜ੍ਹੇ ਹੋਏ ਆ। ਜੇਕਰ ਤੁਸੀਂ ਇਹਨਾਂ ਸਬਜੈਕਟ ਤੋਂ ਸਟਾਰਟ ਕਰਦੇ ਹੋ ਤਾਂ ਤੁਹਾਡੇ ਲਈ ਬੈਟਰ ਹੋਊਗਾ। ਬਾਕੀ ਪੈਡਾਗੋਜੀ ਤੋਂ ਸੰਬੰਧਿਤ ਕਾਫੀ ਸਾਰਾ ਮਟੀਰੀਅਲ ਆਲਰੇਡੀ ਮੈਂ ਬਣਾਇਆ ਹੋਇਆ, 6 ਘੰਟੇ ਦੀ ਇੱਕ ਮੈਰਾਥੋਨ ਕਲਾਸ ਬਣਾਈ ਹੋਈ ਆ CDP ਦੀ, ਤੁਸੀਂ ਉਹਨੂੰ ਵਾਰ ਵਾਰ ਵੇਖ ਲਓ। CDP ਦੇ ਲਗਭਗ ਸਾਰੇ ਕੰਸੈਪਟ ਕਲੀਅਰ ਹੋ ਜਾਣਗੇ। ਜੇ ਗੱਲ ਕਰੀਏ ਸਬਜੈਕਟ ਦੀ ਤਾਂ ਉਹਦੇ ਲਈ ਤੁਸੀਂ ਆਪਣੇ ਚੈਨਲ 'ਤੇ SST ਦੀਆਂ ਵੀਡੀਓਜ਼ ਵੇਖ ਸਕਦੇ ਹੋ, ਅਤੇ EVS ਮੈਥ, ਮੈਥ ਸਾਇੰਸ ਦੇ ਲਈ ਕੰਟੈਂਟ ਆਪਣੇ ਚੈਨਲ 'ਤੇ ਨਹੀਂ ਹੈਗਾ, ਤੁਸੀਂ ਕੋਈ ਹੋਰ ਚੈਨਲ ਵੇਖ ਸਕਦੇ ਹੋ। ਜਿਨ੍ਹਾਂ ਨੇ CTET ਦੀ ਤਿਆਰੀ ਕਰਵਾਈ ਹੋਊਗੀ, ਥਿਊਰੀ ਕਰਵਾਈ ਹੋਣੀ ਆ, ਜਸਟ ਤੁਸੀਂ ਸਰਚ ਕਰਨਾ ਹੈ NCERT 6th ਸਾਇੰਸ, NCERT 6th ਮੈਥ, ਅਤੇ ਕਾਫੀ ਸਾਰੀਆਂ ਪਲੇਲਿਸਟਾਂ ਵੀਡੀਓਜ਼ ਤੁਹਾਨੂੰ ਵੇਖਣ ਨੂੰ ਮਿਲ ਜਾਣਗੀਆਂ ਜਿੱਥੋਂ ਤੁਸੀਂ ਆਪਣੀ ਤਿਆਰੀ ਸਟਾਰਟ ਕਰ ਸਕਦੇ ਹੋ। ਖੁਦ ਦੇ ਸਬਜੈਕਟ ਤੋਂ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਹੜਾ ਪੋਰਸ਼ਨ ਹੈਗਾ ਆ ਖੁਦ ਦੇ ਸਬਜੈਕਟ ਵਾਲਾ, ਕਿਉਂਕਿ ਪੰਜਾਬੀ, ਅੰਗਰੇਜ਼ੀ ਅਤੇ CDP ਇਹ ਤਾਂ ਹੈਗੀ ਆ 90 marks ਦੀ, ਜਿਹੜੀ ਕਿ ਮੈਂ ਆਲਰੇਡੀ ਤੁਹਾਨੂੰ ਕਰਵਾ ਵੀ ਚੁੱਕਿਆ ਅਤੇ ਕਰਵਾਊਂਗਾ ਵੀ। ਬਟ ਜਦੋਂ ਗੱਲ ਕਰਦੇ ਹਾਂ 60 marks ਦੇ ਜਿਹੜੇ ਤੁਹਾਡੇ ਸਬਜੈਕਟ ਦੇ ਨੰਬਰ ਹੈਗੇ ਆ, ਤੁਸੀਂ ਜਦੋਂ ਤੱਕ ਉਹਦੇ ਵਿੱਚ ਬੈਟਰ ਨਹੀਂ ਕਰਦੇ, PSTET ਦੀ ਪ੍ਰੀਖਿਆ ਪਾਸ ਕਰਨ ਦਾ ਜਿਹੜਾ ਕੰਮ ਹੈਗਾ ਆ ਉਹ ਤੁਹਾਡੇ ਲਈ ਔਖਾ ਆ। ਸੋ ਅੱਜ ਤੋਂ ਹੀ ਸ਼ੁਰੂਆਤ ਕਰੋ, ਖੁਦ ਦੇ ਸਬਜੈਕਟ ਨੂੰ ਮਜ਼ਬੂਤ ਬਣਾਓ, ਖੁਦ ਦੇ ਸਬਜੈਕਟ ਨੂੰ ਪੜ੍ਹਨਾ ਸਟਾਰਟ ਕਰੋ। ਬਾਕੀ ਤੁਸੀਂ ਜਸਟ ਟੋਪਿਕ ਹੀ ਸਰਚ ਕਰਨਾ ਆ ਜਾਂ ਫਿਰ ਕਲਾਸ ਸਰਚ ਕਰਨੀ ਆ YouTube ਦੇ ਉੱਤੇ, ਅਤੇ ਉੱਥੇ ਤੁਹਾਨੂੰ ਸਾਰੀਆਂ ਵੀਡੀਓਜ਼ ਵੇਖਣ ਨੂੰ ਮਿਲ ਜਾਣਗੀਆਂ। ਬਾਕੀ ਜੇਕਰ ਤੁਸੀਂ YouTube ਐਡਸ ਤੋਂ ਪਰੇਸ਼ਾਨ ਹੈਗੇ ਹੋ ਅਤੇ ਐਡਸ ਨੂੰ ਨਹੀਂ ਵੇਖਣਾ ਚਾਹੁੰਦੇ, ਅਤੇ ਉਹਦੇ ਲਈ ਤੁਸੀਂ ਮੈਨੂੰ ਮੇਰੇ ਟੈਲੀਗ੍ਰਾਮ ਚੈਨਲ 'ਤੇ ਮੈਸੇਜ ਕਰ ਦਿਓ। ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਹੈਗਾ ਆ ਉਹ ਤੁਹਾਨੂੰ ਆਪਣੇ ਚੈਨਲ ਦੇ ਅਬਾਊਟ ਸੈਕਸ਼ਨ ਵਿੱਚ ਮਿਲ ਜੂਗਾ, ਉਹਦਾ ਹੱਲ ਵੀ ਮੈਂ ਤੁਹਾਨੂੰ ਦੱਸ ਦੂੰਗਾ। ਵਿਦਆਊਟ ਐਨੀ ਇੰਟਰਪਸ਼ਨ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖ ਸਕਦੇ ਹੋ ਆਪਣਾ ਟਾਈਮ ਨਾ ਵੇਸਟ ਕੀਤੇ ਹੋਏ। ਸੋ ਉਹਦੇ ਲਈ ਤੁਹਾਨੂੰ ਮੈਸੇਜ ਕਰਨਾ ਪਊਗਾ, ਕਿਉਂਕਿ ਕਾਫੀ ਸਾਰੀਆਂ ਲਿਮਿਟੇਸ਼ਨਸ ਵੀ ਹੁੰਦੀਆਂ ਇੱਕ YouTube ਚੈਨਲ 'ਤੇ ਇਹੋ ਜਿਹੀਆਂ ਗੱਲਾਂ ਬੋਲਣ ਲੱਗੀਆਂ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਗੋਡ ਬਲੈਸ ਯੂ ਆਲ।